ਜਿਹਦੇ 'ਚ ਜਦੋਂ ਅਸੀਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਉਦੋਂ ਇਹ ਪਤਾ ਲੱਗਿਆ ਕਿ ਇੱਕ ਬਲਵਿੰਦਰ ਨਾਮ ਦਾ ਜਿਹੜਾ ਮੇਨ ਕੌਂਸਪੀਰੇਟਰ ਆ, ਮੇਨ ਅਕਿਊਜ਼ਡ ਆ ਇਹਦੇ ਵਿੱਚ, ਉਹਦੀ ਵਾਈਫ ਦੇ ਨਾਲ ਪ੍ਰਦੀਪ ਦੇ ਕਰੀਬ 2.5 ਸਾਲ ਪਹਿਲਾਂ ਕੁਛ ਇਲੀਸਿਟ ਰਿਲੇਸ਼ਨ ਸੀਗੇ। ਉਹਦੀ ਖੁੰਦਕ ਦੇ ਵਿੱਚ ਹੀ ਉਹਨੇ ਬਲਵਿੰਦਰ ਨੇ ਗੁਰਵਿੰਦਰ ਨਾਮ ਦੇ ਇੱਕ ਬੰਦੇ ਨੂੰ ਤਿਆਰ ਕੀਤਾ ਔਰ ਉਹਨੂੰ ਕਾਰਟ੍ਰੇਜਿਸ ਦਿੱਤੇ। ਉਸ ਤੋਂ ਬਾਅਦ ਉਹਨੂੰ ਮੋਟੀਵੇਟ ਕੀਤਾ ਕਿ ਵੀ ਮੈਂ ਤੈਨੂੰ 15 ਲੱਖ ਰੁਪਈਆ ਦਊਂਗਾ ਜੇ ਤੂੰ ਮੇਰਾ ਇਹ ਕੰਮ ਕਰ ਦੇਵੇਂ, ਔਰ ਫਰਦਰ ਉਹਨੂੰ ਫੋਲੋ ਅਪ ਕਰਨ ਵਾਸਤੇ ਔਰ ਉਹਦੇ ਨਾਲ ਕਿ ਇਹ ਇਸ ਕ੍ਰਾਈਮ ਨੂੰ ਅੰਜਾਮ ਦੇ ਦੇਵੇ। ਇੱਕ ਅਮਨਪਾਲ ਨਾਮ ਦੇ ਬੰਦੇ ਦੀ ਡਿਊਟੀ ਲਾਈ ਜਿਹਦੇ ਵਿੱਚ ਅਸੀਂ ਹੁਣ ਗੁਰਵਿੰਦਰ ਨੂੰ ਅਰੈਸਟ ਕਰ ਲਿਆ ਵਾ, ਅਮਨਪਾਲ ਨੂੰ ਵੀ ਅਰੈਸਟ ਕਰ ਲਿਆ ਵਾ, ਔਰ ਉਹਨਾਂ ਦੇ ਦੌਰਾਨੇ ਪੁੱਛਗਿੱਛ ਉਹਨਾਂ ਨੇ ਆਪਣਾ ਜਿਹੜਾ ਜੁਰਮ ਆ ਕਬੂਲ ਵੀ ਕੀਤਾ ਵਾ। ਜਿਹੜਾ 32 ਬੋਰ ਦਾ ਵੈਪਨ ਇਹਦੇ ਵਿੱਚ ਯੂਜ਼ ਹੋਇਆ ਵਾ ਉਹ ਵੈਪਨ ਵੀ ਅਸੀਂ ਰਿਕਵਰ ਕਰ ਲਿਆ ਵਾ ਗੁਰਵਿੰਦਰ ਦੇ ਕੋਲੋਂ। ਜਿਹੜੇ ਕਾਰਟ੍ਰੇਜਿਸ ਸੀਗੇ ਉਹ ਅਮਨਪਾਲ ਨੂੰ ਹੈਂਡਓਵਰ ਕਰਤੇ ਗੁਰਵਿੰਦਰ ਨੇ, ਅਮਨਪਾਲ ਨੇ ਬਲਵਿੰਦਰ ਨੂੰ ਹੈਂਡਓਵਰ ਕਰਤੇ, ਜਿਹੜੇ ਕਿ ਜਦੋਂ ਬਲਵਿੰਦਰ ਨੂੰ ਅਰੈਸਟ ਕਰਾਂਗੇ ਉਹਦੇ ਕੋਲੋਂ ਅਸੀਂ ਕਾਰਟ੍ਰੇਜਿਸ ਰਿਕਵਰ ਕਰਾਂਗੇ। 15 ਲੱਖ ਰੁਪਏ ਦੇ ਵਿੱਚੋਂ ਇਹਨੂੰ 5 ਲੱਖ ਰੁਪਇਆ ਤੁਰੰਤ ਦੇਣਾ ਸੀਗਾ ਕਤਲ ਕਰਨ ਤੋਂ ਬਾਅਦ ਦੇ ਵਿੱਚ, ਅਤੇ 10 ਲੱਖ ਰੁਪਇਆ ਇਹਨੇ 1 ਸਾਲ ਦੇ ਵਿੱਚ ਵਿੱਚ ਦੇਣਾ ਸੀਗਾ। ਪਰ ਕਤਲ ਤੋਂ ਤੁਰੰਤ ਬਾਅਦ, ਕਿਉਂਕਿ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮਸ ਆ ਉਹਨਾਂ ਨੇ ਬੜਾ ਐਫਰਟ ਕੀਤਾ, ਤੁਰੰਤ ਇਸ ਕੇਸ ਨੂੰ ਕ੍ਰੈਕ ਕਰ ਲਿਆ, ਗੁਰਵਿੰਦਰ ਦੇ ਬਾਰੇ 'ਚ ਪਤਾ ਲੱਗ ਗਿਆ। ਉਸ ਚੱਕਰ ਦੇ ਵਿੱਚ ਇਹਨੂੰ ਗੁਰਵਿੰਦਰ ਨੂੰ ਜਿਹੜਾ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਮਿਲਣੀ ਸੀ ਉਹ ਅਜੇ ਮਿਲੀ ਨਹੀਂ ਸੀਗੀ ਇਹਦੇ ਵਿੱਚ। ਹੁਣ ਅਸੀਂ ਜਿਹੜੀ ਆ ਇਸ ਕੇਸ ਦੇ ਵਿੱਚ ਗੁਰਵਿੰਦਰ ਦਾ, ਅਮਨਪਾਲ ਦਾ ਰਿਮਾਂਡ ਲਵਾਂਗੇ, ਬਲਵਿੰਦਰ ਨੂੰ ਅਸੀਂ ਜਿਹੜਾ ਸਾਡਾ ਮੇਨ ਦੋਸ਼ੀ ਇਹਦੇ ਵਿੱਚ ਬਲਵਿੰਦਰ ਆ ਉਹਨੂੰ ਵੀ ਅਸੀਂ ਅਰੈਸਟ ਕਰਕੇ ਔਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ, ਕਿਉਂਕਿ ਸਾਡੇ ਕੋਲ ਬੜੇ ਸਾਇੰਟੀਫਿਕ ਤਰੀਕੇ ਨਾਲ ਅਸੀਂ ਹੁਣ ਤੱਕ ਇਨਵੈਸਟੀਗੇਸ਼ਨ ਕੀਤੀ ਹੈ, ਬਹੁਤ ਸਾਰਾ ਸਾਡੇ ਕੋਲ ਇੱਦਾਂ ਦਾ ਐਵੀਡੈਂਸ ਆ, ਅਸੀਂ ਅਸ਼ੋਰ ਕਰਾਂਗੇ ਕਿ ਇਹਦੇ ਵਿੱਚ ਇਹਨਾਂ ਨੂੰ ਕਨਵਿਕਸ਼ਨ ਵੀ ਜ਼ਰੂਰ ਹੋਵੇ। ਉਹ 32 ਬੋਰ ਦਾ ਲਾਇਸੈਂਸੀ ਰਿਵੋਲਵਰ ਆ, ਜਿੱਥੇ ਗੁਰਵਿੰਦਰ ਕੰਮ ਕਰਦਾ ਸੀਗਾ ਉੱਥੋਂ ਹੀ ਇਹ ਲੈ ਕੇ ਆਇਆ ਸੀਗਾ। ਟਾਈਮ 9 ਵਜੇ ਲਿਆ ਇਹਨੇ, ਕ੍ਰਾਈਮ ਕਮਿਟ ਕੀਤਾ, ਦੁਬਾਰਾ ਵਾਪਸ ਰੱਖ ਦਿੱਤਾ, ਪਰ ਉਹ ਹੁਣ ਇਹਨੇ ਹੀ ਸਾਨੂੰ ਉੱਥੋਂ ਆਪ ਚੱਲ ਕੇ ਦਫਾ 27 ਦੇ ਤਹਿਤ ਉੱਥੋਂ ਜਿਹੜੀ ਜਗ੍ਹਾ 'ਤੇ ਲੁਕਾ ਕੇ ਰੱਖਿਆ ਸੀ ਉੱਥੋਂ ਰਿਕਵਰ ਕਰਾਇਆ, ਬਿਨਾਂ ਦੱਸੇ ਲੈ ਕੇ ਆਇਆ ਸੀ। ਕਾਰਤੂਸ ਜਿਹੜੇ ਸੀਗੇ ਉਹ ਇਹਨਾਂ ਨੇ ਕੁਛ ਟਾਈਮ ਪਹਿਲਾਂ ਜਦੋਂ ਪਲੈਨਿੰਗ ਸ਼ੁਰੂ ਕੀਤੀ ਹੈ, ਕਰੀਬ 6 ਮਹੀਨੇ ਤੋਂ ਪਲੈਨਿੰਗ ਚੱਲ ਰਹੀ ਸੀਗੀ, ਕਰੀਬ 4 ਮਹੀਨੇ ਪਹਿਲਾਂ ਕਿਸੇ ਜਗ੍ਹਾ ਤੋਂ ਜਾ ਕੇ ਬਲਵਿੰਦਰ ਅਤੇ ਗੁਰਵਿੰਦਰ ਉੱਥੋਂ ਕਾਰਟ੍ਰੇਜਿਸ ਲੈ ਕੇ ਆਏ ਸੀਗੇ, ਉਹੀ ਕਾਰਟ੍ਰੇਜਿਸ ਯੂਜ਼ ਕੀਤੇ ਇਹਦੇ ਵਿੱਚ, ਉਹੀ ਕਾਰਟ੍ਰੇਜਿਸ ਯੂਜ਼ ਕਰਨ ਤੋਂ ਬਾਅਦ ਇਹਨੇ ਫਿਰ ਬਲਵਿੰਦਰ ਨੂੰ ਹੈਂਡਓਵਰ ਕੀਤਾ। ਗੁਰਵਿੰਦਰ ਨੂੰ ਜਦੋਂ ਸਭ ਤੋਂ ਪਹਿਲੀ ਮੀਟਿੰਗ ਹੋਈ ਸੀ ਕਰੀਬ 6 ਮਹੀਨੇ ਪਹਿਲਾਂ, ਉਦੋਂ ਗੁਰਵਿੰਦਰ ਨੇ ਕਿਹਾ ਸੀ ਵੀ ਮੇਰਾ ਅਕਤੂਬਰ ਦੇ ਵਿੱਚ ਵਿਆਹ ਵਾ ਜਿਹਦੇ ਵਾਸਤੇ ਮੈਨੂੰ ਪੈਸਿਆਂ ਦੀ ਜ਼ਰੂਰਤ ਆ। ਬਲਵਿੰਦਰ ਨੂੰ ਇਹ ਲੱਗਿਆ ਕਿ ਇਸ ਬੰਦੇ ਨੂੰ ਪੈਸਿਆਂ ਦੀ ਜ਼ਰੂਰਤ ਆ, ਸਭ ਤੋਂ ਵਧੀਆ ਤਰੀਕਾ ਕਿ ਇਹਨੂੰ ਇਸ ਕੰਮ ਵਾਸਤੇ ਯੂਜ਼ ਕੀਤਾ ਜਾਵੇ। ਉਹਨੇ ਇਹਨੂੰ ਬੁਲਾ ਕੇ ਫਿਰ ਇਹਨੂੰ ਕਿਹਾ ਕਿ ਵੀ ਜੇ ਤੂੰ ਮੇਰਾ ਇਹ ਕੰਮ ਕਰ ਦੇਵੇਂ ਤਾਂ ਮੈਂ ਤੈਨੂੰ 15 ਲੱਖ ਰੁਪਈਆ ਦਊਂਗਾ, 5 ਲੱਖ ਤੁਰੰਤ ਦਊਂਗਾ ਕਤਲ ਤੋਂ ਬਾਅਦ, 10 ਲੱਖ ਰੁਪਈਆ ਜਿਹੜਾ ਮੈਂ ਤੈਨੂੰ ਉਹ ਸਾਲ ਦੇ ਵਿੱਚ ਵਿੱਚ ਦਊਂਗਾ। ਹੁਣ ਇਹਦਾ ਵਿਆਹ ਜਿਹੜਾ ਬੜਾ ਨਜ਼ਦੀਕ ਆਉਂਦਾ ਜਾ ਰਿਹਾ ਸੀਗਾ, 14 ਅਕਤੂਬਰ ਨੂੰ ਇਹਦਾ ਵਿਆਹ ਸੀਗਾ, ਸੋ ਇਹਨੂੰ ਸੀਗਾ ਕਿ ਮੈਂ 11 ਤਰੀਕ ਨੂੰ ਜਿੱਦਾਂ ਇਹਨੇ ਕ੍ਰਾਈਮ ਕਮਿਟ ਕੀਤਾ ਕਿ ਕ੍ਰਾਈਮ ਕਮਿਟ ਕਰੂੰਗਾ ਮੈਂ, ਨਾਲ ਦੀ ਨਾਲ ਮੈਨੂੰ 5 ਲੱਖ ਰੁਪਇਆ ਮਿਲ ਜਾਏਗਾ। ਸੋ ਮੇਨ ਮੋਟਿਵ ਜਿਹੜਾ ਸੀਗਾ ਇਹਦਾ ਉਹ ਪੈਸਿਆਂ ਵਾਸਤੇ ਸੀ। ਹਜੇ ਵੀ ਹੋਪਫੁਲ ਹੈ ਕਿ ਉਹਨੂੰ ਪੈਸੇ ਮਿਲ ਗਏ। ਇਹ ਇੱਕ ਕ੍ਰਿਮੀਨਲ ਦਾ ਮਾਈਂਡ ਸੈੱਟ ਹੁੰਦਾ ਹੈ, ਉਹਨੂੰ ਅਜੇ ਮਤਲਬ ਜਿਸ ਤਰ੍ਹਾਂ ਇਹ ਪਤਾ ਹੀ ਨਹੀਂ ਹੈ ਕਿ ਮੈਂ ਐਡਾ ਵੱਡਾ ਕ੍ਰਾਈਮ ਕਮਿਟ ਕਰ ਦਿੱਤਾ ਵਾ, ਉਹਨੂੰ ਲੱਗਦਾ ਕਿ ਜਿਹੜੀ ਮੈਂ ਕੰਟਰੈਕਟ ਕਿਲਿੰਗ ਦੇ ਜਿਹੜੇ ਮੈਨੂੰ ਪੈਸੇ ਸੀ ਮਿਲਣਗੇ। ਪਰ ਹੁਣ ਜਿਹੜਾ ਹੈ, ਕਿਉਂਕਿ ਸਾਡੀ ਕਸਟਡੀ ਦੇ ਵਿੱਚ ਆ, ਹੁਣ ਤਾਂ ਅਸੀਂ ਬਲਵਿੰਦਰ ਸਿੰਘ ਨੂੰ ਅਰੈਸਟ ਕਰਕੇ ਉਹ ਕੜੀਆਂ ਜੋੜ ਕੇ ਫਿਰ ਉਹ ਤੋਂ ਸਾਰੀ ਰਿਕਵਰੀ ਕਰਨ ਦੀ ਕੋਸ਼ਿਸ਼ ਕੀਤੀ ਨੇ। ਨਹੀਂ, ਇਹ ਰੇਕੀ ਕਰਦਾ ਰਿਹਾ ਪਿਛਲੇ ਕਰੀਬ 4 ਮਹੀਨੇ ਤੋਂ ਲਗਾਤਾਰ, ਉਹਦੀਆਂ ਮੂਵਮੈਂਟਸ ਕਿੱਥੇ ਕਿੱਥੇ ਜਾਂਦਾ ਹੈ, ਕੀ ਉਹਦੀਆਂ ਐਕਟੀਵਿਟੀਜ਼ ਆ, ਉਹ ਲਗਾਤਾਰ ਵਾਚ ਕਰਦਾ ਰਿਹਾ ਵਾ। ਕਈ ਵਾਰੀ ਪਿਛਲੇ ਮਹੀਨੇ ਤੋਂ ਇਹ ਕਾਫੀ ਵਾਰੀ ਵੈਪਨ ਨਾਲ ਲੈ ਕੇ ਗਿਆ ਵਾ, ਪਰ ਇਸ ਵਾਰੀ ਕਿਉਂਕਿ ਬਹੁਤ ਡੈਸਪੀਰੇਸ਼ਨ ਹੋ ਗਈ ਇਹਨੂੰ ਕਿ ਵੀ ਹੁਣ 14 ਤਰੀਕ ਨੂੰ ਵਿਆਹ ਵਾ, ਕਿ 14 ਤੋਂ ਪਹਿਲਾਂ ਇਹਨੇ ਕਰਨਾ ਹੀ ਕਰਨਾ ਸੀ ਇਹ ਕ੍ਰਾਈਮ। ਗੁਰਵਿੰਦਰ ਜਿਹੜਾ ਵਾ ਇਹਨੇ ਕੰਪਿਊਟਰ ਹਾਰਡਵੇਅਰ ਦਾ ਡਿਪਲੋਮਾ ਕੀਤਾ ਹੋਇਆ ਵਾ, ਔਰ ਉਹੀ ਕੰਪਿਊਟਰ ਹਾਰਡਵੇਅਰ ਦਾ ਮਾੜਾ ਮੋਟਾ ਕੰਮ, ਬਹੁਤ ਚੰਗਾ ਕੰਮ ਨਹੀਂ ਇਹਦਾ, ਬਹੁਤ ਥੋੜ੍ਹੀ ਇਨਕਮ ਸੀ ਇਹਦੀ। ਬਲਵਿੰਦਰ ਦਾ ਆਟੋ ਪਾਰਟਸ ਦਾ ਕੰਮ ਆ, ਬਾਕੀ ਜਦੋਂ ਅਰੈਸਟ ਕਰਾਂਗੇ ਉਦੋਂ ਫਿਰ ਹੋਰ ਡੁੰਗਾਈ 'ਚ ਕੁਛ ਕੁਛ ਕਰਾਂਗੇ। ਸੇਮ ਉਹਦਾ ਨਾਮ ਅਸੀਂ ਹੁਣ ਚੈੱਕ ਕਰ ਰਹੇ ਸਾਰਾ, ਉਹਦੇ ਲਾਇਸੈਂਸ ਵਗੈਰਾ ਚੈੱਕ ਕਰ ਰਹੇ ਨਾ ਨਾ ਇਹ ਉੱਥੋਂ ਲੈਂਦਾ ਸੀਗਾ ਜੀ, ਜਿੱਦਾਂ ਟਾਈਮਿੰਗ ਹੀ ਇੱਦਾਂ, ਜਿਵੇਂ 9 ਵਜੇ ਪਿੱਕ ਕੀਤਾ, 10:30 ਤੱਕ, 1.5 ਘੰਟੇ ਤੋਂ ਬਾਅਦ ਇਹਨੇ ਕਦੀ ਨਹੀਂ ਰੱਖਿਆ ਜੀ। ਤਿੰਨ ਜਾਂ ਚਾਰ ਵਾਰ ਲੈ ਕੇ ਆਇਆ, 1.5 ਘੰਟੇ ਤੋਂ ਬਾਅਦ ਇਹਨੇ ਕਦੀ ਰੱਖਿਆ ਹੀ ਨਹੀਂ, 1.5 ਘੰਟੇ ਦੇ ਵਿੱਚ ਉਹ ਵਾਪਸ। ਜੇ ਕਈ ਵਾਰੀ ਇੱਦਾਂ ਵੀ ਹੋਇਆ ਕਿ ਜਿੱਦਾਂ ਇਹਨੂੰ ਬੰਦਾ ਨਹੀਂ ਮਿਲ ਪਾਇਆ ਉਸ ਟਾਈਮ 'ਚ, ਜਿਵੇਂ ਮੰਨ ਲਓ ਇਹਨੇ ਅੱਜ ਸੋਚ ਲਿਆ ਮੈਂ ਕਰਨਾ ਪਰ ਉਹ ਮਿਲ ਨਹੀਂ ਪਾਇਆ, ਪਰ ਇਹਨੂੰ ਸੀਗਾ 10:30 ਤੋਂ ਪਹਿਲਾਂ ਮੈਂ ਰੱਖ ਦੇਣਾ, ਨਹੀਂ ਤਾਂ ਉਹ ਦੇਖ ਲੂਗਾ। ਉਸਮੇ ਜੋ ਮੇਨ ਇਹ ਕੇਸ ਥਾ ਹਮਾਰਾ ਜੋ ਐਮਾਜ਼ੋਨ ਵਾਲਾ, ਉਹ ਵੀ ਸੋਲਵ ਹੈ, ਡਿਟੈਕਟਡ ਸਾਰੇ ਹੈ,
सिर्फ दो अक्यूज्ड अरेस्ट करने वाले बाकी हैं उसमें, अदरवाइज हमारे जितने भी केसेस हुए हैं पिछले दिनों में सारे के सारे केसेस जो हैं सॉल्व हैं। वो आलमगीर साहब गुरुद्वारा साहब के बारे में चोरी किया, उस भी इसी बंदे ने सेम बंदे ने मोटरसाइकिल चोरी किया गुरविंदर ने।